लेकिन गरीब दे घर जा खुदा दी कसम अद्धा किलो दाल उंदे वास्ते लेना इंज हुई है जिंज कूफे दी रियासत तो निकल के इब्ने ज़ियाद कोल जान दे बराबर है। एक गरीब आदमी अपने दिल की गल कहना चाहे ना तो 35 किस्म के मीडिया वाले जनाब उंदे अगे माइक नहीं करते तो जो फादर का डब्बू वर्गा या फैजल हसन चौहान वर्गा बख बख करने वास्ते आए ना तो 35 मैक तो नहीं जाते सट टाइम दे दे सट टाइम दे दे प्लीज बात कर ਉਹਨਾਂ ਕੋਲ ਲੌਜੀਕ ਹੈ ਕਿ ਗਰੀਬ ਕੋਲ ਕੀ ਹੈਗਾ ਜੇ ਗਰੀਬ ਕੋਲ ਇਹ ਗਰੀਬ ਨਹੀਂ ਹੈ ਇਹ ਕੀ ਇਹ ਕੌਣ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਗਰੀਬ ਸਭ ਤੋਂ ਵੱਡੀ ਗੱਲ ਜੀ ਹਮਨੇ ਇਸਤਕਲਾਲ ਪਾਰਟੀ ਇੱਕ ਨਹੀਂ ਬਣਾਈ ਹੈ ਜੀ ਇਸਮੇ ਆ ਗਏ ਜੀ ਇਨਕਲਾਬ ਕਰ 3.5 ਸਾਲ ਇਮਰਾਨ ਖਾਨ ਨੇ ਲਿਖਲਾ ਇਨਕਲਾਬ ਕੱਢਦੇ ਰਹੇ ਨੇ ਇਹਨਾਂ ਦਾ ਕੱਖ ਇਨਕਲਾਬ ਨਹੀਂ ਨਿਕਲਿਆ ਨਵੀਂ ਵੀਏਟਾਂ ਆ ਗਈਆਂ ਨਵੀਆਂ ਪਰਾਡੋ ਆ ਗਈਆਂ ਨਵੇਂ ਘਰ ਬਣ ਗਏ ਨਵੇਂ ਹੁਣ ਸਾਰੇ ਉੱਥੇ ਜਾ ਕੇ ਇੱਕ ਨਵਾਂ ਇਸਤਕਾਮੇ ਪਾਕਿਸਤਾਨ ਇਹ ਪੁਰਾਣੇ ਇਸਤਕਾਮੇ ਪਾਕਿਸਤਾਨ ਪੁਰਾਣੇ ਨੂੰ ਤੇ ਨਹੀਂ ਦੇ ਸਕੇ ਇਸ ਹਕੂਮਰਾਨ ਨੇ ਵਕਤ ਦੇ ਉੱਤੇ ਇਤਨਾ ਕੁ ਰਾਜ਼ੀ ਹੈ ਗਰੀਬ ਕਿ ਉਹ ਥਾਈਲੈਂਡ ਗਿਆ ਸੀ ਉਹ ਮੌਲਾਨਾ ਫਜ਼ਲੁਰ ਰਹਿਮਾਨ ਮੈਂ ਅੱਜ ਸਵੇਰ ਵੇਖਿਆ ਮੈਂ ਬਲਕਿ ਹੁਣੇ ਜੁੱਤੀ ਕਢਵਾਉਣ ਗਿਆ ਮੈਨੂੰ ਪੂਰੇ ਪਾਕਿਸਤਾਨ ਦੇ ਵਿੱਚ ਕੋਈ ਮਜ਼ਦੂਰ ਲੱਭ ਹੀ ਨਹੀਂ ਰਿਹਾ ਜਿਸ ਬੰਦੇ ਨੂੰ ਪੁੱਛੀ ਜਾ ਰਹੇ ਹਾਂ ਦੱਸ ਰਿਹਾ ਜਨਾਬ ਹਕੂਮਤ ਨੇ ਹੈਲੀਕਾਪਟਰ ਦੇ ਦਿੱਤੇ ਨੇ ਬਜਟ ਚ ਤੇ ਜਹਾਜ਼ ਪੀਆਈਏ ਦੇ ਦਿੱਤੇ ਨੇ ਸਾਰੇ ਥਾਈਲੈਂਡ ਘੁੰਮਣ ਵਾਸਤੇ ਗਏ ਨੇ ਇੱਕ ਗਰੀਬ ਪਾਕਿਸਤਾਨ ਚ ਮੈਨੂੰ ਨਜ਼ਰ ਨਹੀਂ ਆ ਰਿਹਾ ਮੈਂ ਕਹਿੰਦਾ ਮੇਰੇ ਵਾਸਤੇ ਡੁੱਬ ਮਰਨ ਦਾ ਮਕਾਮ ਹੈ ਕਿ ਇੱਕ ਗਰੀਬ ਨਹੀਂ ਲੱਭ ਰਿਹਾ ਮੈਨੂੰ ਮੈਂ ਸਵੇਰ ਤੇ ਗਰੀਬ ਹੀ ਲੱਭਣ ਡਿਆ ਕੋਈ ਐਸੀ ਬੇਵਾ ਦੱਸੋ ਜਿੰਦੀ ਬੇਟੀ ਜਨਾਬ ਬੈਠੇ ਬੈਠੇ ਸਫੇਦ ਜ਼ੁਲਫਾਂ ਨਾਲ ਚਿੱਟੀ ਹੋਣ ਡਈ ਹੈ ਲੇਕਿਨ ਉਹਦੇ ਕੋਲ ਇੱਕ ਦੇਗ ਪਕਾ ਕੇ ਆਪਣਾ ਬਰਾਤ ਨੂੰ ਖਵਾਉਣ ਵਾਸਤੇ ਪੈਸੇ ਨਹੀਂ ਕਿ ਤੇ ਤੁਸੀਂ ਕਹਿ ਰਹੇ ਹੋ ਜਨਾਬ ਗਰੀਬ ਬੰਦਾ ਗਰੀਬ ਗਰੀਬ ਦਾ ਬੇੜਾ ਗਰਕ ਹੋ ਗਿਆ ਬੱਚੀਆਂ ਜਵਾਨ ਬੈਠੀਆਂ ਨੇ ਬਾਪ ਜਨਾਬ ਭੀਕਾਂ ਮੰਗਣ ਡਏ ਨੇ ਮਜ਼ਦੂਰੀਆਂ ਦੇ ਅੱਡੇ ਤੇ ਹਥੋੜੀਆਂ ਤੇ ਬੁਰਛ ਲੈ ਕੇ ਬੈਠੇ ਹੋਇਆ ਗਰੀਬ ਆਦਮੀ ਸਿਰਫ ਆਪਣੀਆਂ ਬੱਚੀਆਂ ਵਿਆਹਣ ਵਾਸਤੇ ਔਰ ਉਹਦੀ 92 ਸਾਲ ਉਮਰ ਹੈ ਉਹਦਾ ਜਜ਼ਬਾ ਠੰਡਾ ਨਹੀਂ ਹੁੰਦਾ ਜਦੋਂ ਇੱਕ ਬਾਪ ਆਪਣੇ ਘਰ ਜਾਂਦਾ ਨਾ ਰਾਤ ਨੂੰ ਆਪਣਾ ਕਮਾ ਕੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਤੇ ਉਹ ਆਪਣੀ ਜਵਾਨ ਬੱਚੀ ਵਾਲ ਵੇਖਣਾ ਗੁਵਾਰਾ ਨਹੀਂ ਕਰਦਾ ਸਿਰਫ ਇਸ ਸ਼ਰਮ ਦੇ ਨਾਲ ਕਹਿੰਦੀ ਵਿਆਹਣ ਦੀ ਉਮਰ ਹੈ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਕਿਹੜੀ ਜ਼ਮੀਨ ਖੋਦਾਂ ਜਾਂ ਕਿਹੜਾ ਆਸਮਾਨ ਫੜਾਂ ਜਿੱਥੇ ਆਪਣੀ ਬੱਚੀ ਨੂੰ ਰੁਸਵਾ ਹੋਣ ਤੋਂ ਬਚਾ ਲਵਾਂ ਔਰ ਇਸ ਜਮਹੂਰੀਅਤ ਦੀ ਗੱਲ ਕਰਦੇ ਹੋ ਖੁਦਾ ਦਾ ਖੌਫ ਕਰੋ ਹਕੀਕਤ ਦੀ ਪੱਟੀ ਔਰ ਅੱਲਾ ਦੇ ਰਸੂਲ ਨੂੰ ਹਾਜ਼ਰ ਜਾਣ ਕੇ ਕੁਝ ਖੁਦਾ ਦਾ ਖੌਫ ਕਰ ਲਓ ਔਰ ਇਹ ਮੀਡੀਆ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਖੌਫ ਕਰਨਾ ਚਾਹੀਦਾ ਹੱਕ ਵਿਖਾਣਾ ਚਾਹੀਦਾ ਤੇ ਹੱਕ ਦਿਖਾਣਾ ਚਾਹੀਦਾ ਬਿਲਾ ਵਜ੍ਹਾ ਤਨਕੀਦ ਬਜਟ ਨੂੰ ਐਪਰੀਸ਼ੀਏਟ ਕਰੋ ਸਾਡਾ ਨੇ ਪਾਕਿਸਤਾਨ ਨੂੰ ਡਿਫਾਲਟ ਹੋਣ ਤੋਂ ਬਚਾਇਆ ਉਹ 2 ਮਹੀਨੇ ਦਾ ਬਜਟ ਹੈ ਤੀਜੇ ਮਹੀਨੇ ਤੋਂ ਆਪ تسلیم ਕਰਨ ਦੇ ਔਰ ਇਸ ਸਾਗਦਾਰ ਦੀ ਗੱਲ ਕਰਦੇ ਹੋ ਜਿਨੇ ਸਿਹਤ ਵਾਸਤੇ ਕੀ ਰੱਖਿਆ ਅੱਲਾ ਸ਼ਾਫੀ ਤੇ ਗਰੀਬ ਮਾਫੀ ਔਰ ਉਸ ਤੋਂ ਬਾਅਦ ਜਨਾਬ ਰਿਜ਼ਕ ਵਾਸਤੇ ਕੀ ਰੱਖਿਆ ਵੱਲਾਹੁ ਖੈਰੁਰ ਰਾਜ਼ਕੀਨ ਤੇ ਅੱਗੇ ਵੀ ਅੱਲਾ ਹੀ ਦੇ ਰਿਹਾ ਕਿਹੜਾ ਸਾਗ ਸਾਹਿਬ ਦੇਣ ਦੇ ਨੇ ਉਸ ਤੋਂ ਬਾਅਦ ਤਾਲੀਮ ਦੇ ਵਾਸਤੇ ਕੀ ਰੱਖਿਆ ਰੱਬੀ ਜ਼ਿਦਨੀ ਇਲਮਾ ਪੜੀ ਜਾਓ ਤੇ ਲਈ ਜਾਓ ਤੇ ਦੇਈ ਜਾਓ ਸਾਗਦਾ ਨੇ ਡਿਫਾਲਟਰ ਹੋਣੇ ਸੇ ਨਹੀਂ ਬਚਾਇਆ ਕਿੱਥੋਂ ਉਹ ਭਾਈ ਪਾਕਿਸਤਾਨ ਡਿਫਾਲਟ ਹੋ ਚੁੱਕਾ ਹੈ ਪੂਰੇ ਤਰੀਕੇ ਨਾਲ ਇਸ ਸੋਚ ਨੂੰ ਖਤਮ ਕਰਨਾ ਹੈ ਇਹ ਇੰਤਸ਼ਾਰ ਆ ਫੈਲਾ ਰਹੇ ਹਨ ਵਾ 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 ਜੇ ਅਸੀਂ ਗੱਲ ਕਰੀਏ ਤੇ ਇੰਤਸ਼ਾਰੀ ਤੇ ਜੇ ਦੂਜਾ ਕਰੇ ਤੇ ਵਪਾਰੀ ਵਾ ਵਾ ਕਿਆ ਕਹਨੇ ਤੁਹਾਨੂੰ 21 ਤੋਪਾਂ ਦੀ ਨਹੀਂ 132 ਤੋਪਾਂ ਦੀ ਇਸ ਮੀਡੀਆ ਨੂੰ ਸਲਾਮੀ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਅੱਖਾਂ ਤੇ ਪੱਟੀ ਬੰਨ ਲਈ ਹੈ ਜਿਨ੍ਹਾਂ ਨੂੰ ਗਰੀਬ ਨਜ਼ਰ ਨਹੀਂ ਆ ਰਿਹਾ ਕਿਸੇ ਮਾਂ ਨੂੰ ਵੇਖ ਮੇਰਾ ਨਹੀਂ ਖਿਆਲ ਕੋਈ ਮਾਂ ਐਸੀ ਹੋਏਗੀ ਜਿਹੜੀ ਚਿੰਚੀ ਰਕਸ਼ੇ 'ਚ ਪੂਰੀ ਆ ਰਹੀ ਹੋਏਗੀ ਇੱਕ ਚਿੰਚੀ ਰਕਸ਼ੇ 'ਚ 32-32 ਮਾਵਾਂ ਬੈਣ ਲਈ ਤਿਆਰ ਨੇ ਏਡੀਆਂ ਲੱਤਾਂ ਤੇ ਏਡੀਆਂ ਪਸਲੀਆਂ ਖਾਣ ਵਾਸਤੇ ਰੋਟੀ ਪੂਰੀ ਨਹੀਂ ਮਿਲ ਰਹੀ ਇੱਕ ਘਰ ਇੱਕ ਬੰਦਾ ਕਮਾਉਣ ਵਾਲਾ ਤੇ 12 ਨਿਆਣੇ ਉਹਦੇ ਖਾਣ ਵਾਲੇ ਨੇ ਤੇ 30000 ਰੁਪਇਆ ਬਜਟ ਤੇ ਮੈਨੂੰ ਤਾਂ ਸਾਬਤ ਕਰਾ ਦੇ ਕਿਹੜੇ ਮੋਚੀ ਦੀ 32000 ਤਨਖਾਹ ਲੱਗੀ ਕਿਹੜਾ ਜਨਾਬ ਇਹ ਡਰੈਸਰ ਹੈ ਜਿਹਨੂੰ 32000 ਰੁਪਇਆ ਗਵਰਨਮੈਂਟ ਆਫ ਪਾਕਿਸਤਾਨ ਦੇਣ ਦੇਈ ਉਹ ਗਵਰਨਮੈਂਟ ਕੋਲੋਂ ਤੇ ਜ਼ਕਾਤ ਲੈਣ ਜਾਈਏ ਨਾ ਤੇ ਪਤਾ ਲੱਗਦਾ ਜਿੰਨੀ ਦੇਰ ਜੋ ਉਸ ਬੇਵਾ ਦਾ ਚੈੱਕ ਆਇਆ ਉਨੀ ਦੇਰ ਨੂੰ ਉਹਨੂੰ ਮਰੇ ਨੂੰ 3.5 ਸਾਲ ਹੋ ਚੁੱਕੇ ਹੁੰਦੇ ਨੇ ਇਹ ਹੀ ਇਸ ਮੁਲਕ ਦੀ ਕੜਵੀ ਹਕੀਕਤ ਇਹ ਮੈਂਬਰਾਂ ਨੇ ਪਾਰਲੀਮੈਂਟ ਨੂੰ ਗੈਰਤ ਨਹੀਂ ਆਉਂਦੀ ਗਰੀਬ ਦਾ ਪੱਖਾ ਜਿਹੜਾ ਨਾ ਇੱਕ ਯੂਨਿਟ ਚਲਾਉਂਦੇ ਚਲਾਉਂਦੇ ਉਹ ਗਰੀਬ ਨੂੰ ਤੇ ਨੀਂਦ ਆਣੀ ਕਿੱਥੋਂ ਵਿਚਾਰੇ ਨੂੰ ਅੱਧਾ ਪਸੀਨੇ ਨਾਲ ਨੀਂਦ ਨਹੀਂ ਆਉਂਦੀ ਅੱਧੀ ਰਾਤ ਨੂੰ ਉਹਦਾ ਪੱਖਾ ਜਿਹੜਾ ਨਾ ਕੈਪੈਸਟਰ ਦੇ ਨਾਲ ਕਿੜ ਕਰਦਾ ਰਹਿੰਦਾ ਉਹ ਕੀ ਪਤਾ ਇਹਨਾਂ ਲੋਕਾਂ ਨੂੰ ਜਿਹੜੇ ਪਾਰਲੀਮੈਂਟ 'ਚ ਬੈ ਕੇ ਏਸੀ ਤੋਂ ਉੱਠਣਾ ਏਸੀ 'ਚ ਚਲੇ ਜਾਣਾ ਇਹਨਾਂ ਨੇ ਲੜਨੀ ਗਰੀਬਾਂ ਦੀ ਜੰਗ ਇਹਨਾਂ ਨੂੰ ਸ਼ਰਮ ਆਉਂਦੀ ਨਹੀਂ ਇਹ ਬੋਲਦੇ ਗਰੀਬ ਦੀ ਤਾਂ ਗੱਲ ਹੀ ਨਾ ਕਰੋ ਪੂਰੇ ਪਾਕਿਸਤਾਨ ਦੇ ਗਰੀਬਾਂ ਨੂੰ ਸਿਰਫ 3 ਰੁਪਏ ਦਾ ਨੀਲਾ ਥੋਥਾ ਅਗਲੇ ਬਜਟ 'ਚ ਦਿਓ ਉਂਝੀ ਖਾਣ ਤੇ ਮਰਨ ਤੇ ਤੁਹਾਡੀ ਜਾਨ ਸਾਰੀ ਪਾਰਲੀਮੈਂਟ ਸਿਵਾਏ ਮਜ਼ੇ ਲੈਣ ਤੋਂ ਇਹਨਾਂ ਕੋਲ ਕੰਮ ਹੀ ਕੋਈ ਨਹੀਂਗਾ ਇਸ ਪਾਰਲੀਮੈਂਟ ਦੀ ਇਸ ਜਮਹੂਰੀਅਤ ਦੀ ਗੱਲ ਕਰਦੇ ਹੋ ਕਿ ਇੱਕ ਸਪਾਈ ਨੂੰ 3-3 ਕਿਲੋ ਦੀ ਜੈਕਟ ਪਵਾ ਕੇ ਅੰਗੂਠਾ ਛਾਪ ਮਿਨਿਸਟਰ ਦੇ ਪਿੱਛੇ ਖੜਾ ਕਰ ਦਿੰਦੇ ਹੋ ਕਿ ਉਂਦੀ ਸਿਕਿਉਰਿਟੀ ਦਾ ਆਪਣਾ ਬੰਦਬਸਤ ਕਰੇ 22000 ਝੁੰਗੇ ਚ ਉਹਨੂੰ ਤਨਖਾਹ ਦਿੰਦੇ ਹੋ ਤੇ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਜਮਹੂਰੀਅਤ ਦੀ ਡੁਗਡੁਗੀ ਵਜਾਈ ਫਿਰਦੇ ਜਮਹੂਰੀਅਤ ਹਮੇ ਨਹੀਂ ਚਾਹੀਏ ਐਸੀ ਜਮਹੂਰੀਅਤ ਸਾਡੇ ਲਈ ਫੌਜ ਜ਼ਿੰਦਾਬਾਦ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਹੀ ਮਾਇਨੇ ਚ ਤੁਹਾਡਾ ਮੁਲਕ ਬਚਾ ਕੇ ਰੱਖਿਆ ਓਏ ਬੰਦੇ ਖੁਦਾ ਦਿਓ ਅਗਰ ਇਹ ਦਾਰੇ ਨਾ ਹੁੰਦੇ ਤੇ ਤੁਹਾਡੀ ਕਦੋਂ ਦੀ ਯੋ ਦੁਨ ਸਾਰਾ ਨੂੰ ਇਹ ਮੁਲਕ ਸਟਾਮ ਪੇਪਰ ਤੇ ਵੇਚ ਕੇ ਜਾ ਚੁੱਕੀ ਹੁੰਦੀ ਕਿਸ ਮੁਲਕ ਦੇ ਇਤਦਾਰ ਦੀ ਗੱਲ ਕਰਦੇ ਹੋ ਯਾਰ ਡਟ ਕੇ ਲੜੇ ਆ ਔਰ ਲੜਦੇ ਰਹਿਣਗੇ ਅਰੇ ਯਾਦ ਰੱਖੋ ਫਰੀਦੋਦੀਨ ਸ਼ਕਰਗੰਜ ਦੇ ਅਲਹਮਦੁਲਿਲਾ ਮਾਨੀ ਆ ਬਾਬੇ ਫਰੀਦ ਦਾ ਚਿਹਰਾ ਇਸੇ ਤਰ੍ਹਾਂ ਹੀ ਜਨਾਬ ਲਲਕਾਰਦਾ ਰਹੇਗਾ ਔਰ ਇਹਨਾਂ ਨੂੰ ਗੈਰਤ ਦਵਾਉਂਦਾ ਰਹੇਗਾ ਅਗਰ ਇਹਨਾਂ ਨੂੰ ਆ ਜਾਵੇ ਤਾਂ ਵੀ ਠੀਕ ਹੈ ਨਾ ਆਵੇ ਤਾਂ ਵੀ ਠੀਕ ਹੈ ਠੀਕ ਹੈ ਅੱਲਾ ਆਪਣੇ ਬੀਬੀ ਅਸਲਾਤ ਉਸਲਾਮ ਕੇ ਸਦਕੇ ਉਸਮੇ ਦਿਨ ਦੁਗਣੀ ਰਾਤ ਚੁਗਣੀ ਕੋਈ ਮਾਮਲਾਤ ਮੇ ਬਿਹਤਰੀ ਆ ਜਾਏ ਅਗਲੇ ਪ੍ਰੋਗਰਾਮ ਤੱਕ ਆਪਣੇ ਹੋਸਟ ਮੁਹੰਮਦ ਡਾਕਟਰ ਬਿਲਾਲ ਸ਼ਰੀਫ ਕੋ ਇਜਾਜ਼ਤ ਦੀਜੀਏ ਅੱਲਾ ਨੇ